ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਆਹ ਵਾਲੀ ਸਕੀਵੀ ਦਾ ਡਿਜ਼ਾਈਨ ਬਣਾਉਣਾ ਦੱਸਣ ਲੱਗੀ ਹਾਂ। ਇਹ ਵੀ ਮੇਰੇ ਆਪਣੇ ਵਿਊਵਰ ਜਿਨ੍ਹਾਂ ਨੇ ਮੈਨੂੰ ਆਹ ਪਿੱਕ ਭੇਜੀ ਸੀ ਸਕੀਵੀ ਦੀ ਕਿ ਸਾਨੂੰ ਆਹ ਵਾਲਾ ਡਿਜ਼ਾਈਨ ਬਣਾਉਣਾ ਦੱਸੋ। ਇਹ ਬਹੁਤ ਹੀ ਆਸਾਨ ਤਰੀਕੇ ਨਾਲ ਡਿਜ਼ਾਈਨ ਬਣ ਕੇ ਤਿਆਰ ਹੋਇਆ ਵਾ। ਜਿਵੇਂ ਕਿ ਆਪਾਂ ਅੱਜ ਕੱਲ੍ਹ ਸਕੀਵੀਆਂ ਦਾ ਬਹੁਤ ਫੈਸ਼ਨ ਆ, ਅਤੇ ਸਕੀਵੀ 'ਤੇ ਛੋਟਾ ਛੋਟਾ ਡਿਜ਼ਾਈਨ ਹੀ ਪਾਇਆ ਜਿਹੜਾ ਵਧੀਆ ਲੱਗਦਾ ਵਾ। ਅਤੇ ਹੁਣ ਇਹ ਮੈਂ ਤੁਹਾਨੂੰ ਬਣਾ ਕੇ ਦੱਸਦੀ ਹਾਂ ਆਪਾਂ ਇਹਨੂੰ ਕਿਵੇਂ ਬਣਾਵਾਂਗੇ। ਇਹਦੇ ਵਾਸਤੇ ਆਪਾਂ ਜਦੋਂ ਵੀ ਫੰਦੇ ਪਾਉਣੇ, ਦੋ ਦੋ ਫੰਦਿਆਂ ਦੇ ਹਿਸਾਬ ਨਾਲ ਫੰਦੇ ਪਾਵਾਂਗੇ। ਚਾਰ ਸਲਾਈਆਂ 'ਚ ਆਪਣਾ ਇਹ ਡਿਜ਼ਾਈਨ ਜਿਹੜਾ ਕੰਪਲੀਟ ਹੋ ਜੂਗਾ। ਹੁਣ ਤੁਹਾਨੂੰ ਮੈਂ ਬਣਾ ਕੇ ਦੱਸਦੀ ਹਾਂ ਆਪਾਂ ਇਹਨੂੰ ਕਿਵੇਂ ਬਣਾਉਣੇ ਆ। ਇਹਦੇ ਵਾਸਤੇ ਮੈਂ ਸਿਲਾਈ 'ਤੇ ਫੰਦੇ ਪਾਏ ਆ। ਇਹ ਜਦੋਂ ਵੀ ਡਿਜ਼ਾਈਨ ਸ਼ੁਰੂ ਹੋਣਾ ਆਪਣਾ ਉਲਟੇ ਪਾਸਿਓਂ ਡਿਜ਼ਾਈਨ ਸ਼ੁਰੂ ਹੋਣਾ ਵਾ। ਇਹ ਮੈਂ ਦੋ ਸਿਲਾਈਆਂ ਉਲਟੀਆਂ ਬਣਾ ਕੇ ਅਤੇ ਪਹਿਲੀ ਸਿਲਾਈ ਜਿਹੜੀ ਇੱਧਰੋਂ ਮੈਂ ਸਿੱਧੀ ਸਿੱਧੀ ਬਣਾ ਲਈ ਹੈ, ਕਿਉਂਕਿ ਆਪਣਾ ਇਹ ਡਿਜ਼ਾਈਨ ਉਲਟੇ ਪਾਸਿਓਂ ਸ਼ੁਰੂ ਹੋਣਾ ਵਾ। ਪਹਿਲਾ ਫੰਦਾ ਭਾਵੇਂ ਤੁਸੀਂ ਖਾਲੀ ਉਤਾਰ ਲਓ, ਭਾਵੇਂ ਜਿਵੇਂ ਮਰਜ਼ੀ ਹੋਣ ਲਓ। ਇੱਕ ਫੰਦਾ ਆਪਾਂ ਇਸ ਤਰੀਕੇ ਸਿੱਧਾ ਹੋਣਿਆ, ਆਪਣੇ ਵਾਲੇ ਧਾਗਾ ਕਰਕੇ ਉਲਟੇ ਫੰਦੇ ਨੂੰ ਆਪਾਂ ਇੰਝ ਦੋ ਵਾਲ ਪਾਵਾਂਗੇ। ਫਿਰ ਇੱਕ ਫੰਦਾ ਸਿੱਧਾ, ਉਲਟੇ ਫੰਦੇ ਨੂੰ ਆਪਾਂ ਦੋ ਵਾਲ ਪਾਵਾਂਗੇ। ਇੱਕ ਫੰਦਾ ਸਿੱਧਾ, ਉਲਟੇ ਫੰਦੇ ਨੂੰ ਦੋ ਵਾਲ ਪਾਵਾਂਗੇ। ਪੂਰੀ ਸਿਲਾਈ ਜਿਹੜੀ ਆਪਾਂ ਇਸ ਤਰੀਕੇ ਕੰਪਲੀਟ ਕਰਾਂਗੇ। ਆਹ ਫੰਦਾ ਆਪਾਂ ਉਲਟਾ ਆਉਣ ਲਿਆ। ਹੁਣ ਆਪਾਂ ਆ ਗਏ ਸਿੱਧੀ ਸਿਲਾਈ 'ਤੇ। ਇਹਨੂੰ ਚਾਹੇ ਖਾਲੀ ਉਤਾਰ ਲਓ, ਚਾਹੇ ਉਣ ਲਓ। ਅਗਲਾ ਫੰਦਾ ਆਪਣਾ ਉਲਟਾ, ਇਹਨੂੰ ਆਪਾਂ ਉੱਧਰੋਂ ਸਿੱਧਾ ਹੀ, ਇੱਧਰੋਂ ਆਪਣਾ ਉਲਟਾ ਬਣੂੰਗਾ। ਹੁਣ ਆਹ ਜਿਹੜੇ ਦੋ ਵਾਲ ਆਪਾਂ ਪਾਏ ਆ, ਇਹਨੂੰ ਆਪਾਂ ਇਸ ਤਰੀਕੇ ਵਾਲ ਉਤਾਰ ਕੇ, ਆਹ ਵੇਖੋ ਮੈਂ ਲਾਗੂ ਕਰਕੇ ਦਿਖਾਉਂਦੀ ਹਾਂ, ਇੱਕ ਵਾਲ ਆਹ ਦੋ ਵਾਲ, ਇਹਦੇ ਨੀਚੋਂ ਦੀ ਆਪਾਂ ਇਸ ਤਰੀਕੇ ਨੂੰ ਫੰਦੇ ਨੂੰ ਜਿਹੜਾ ਵਾ ਕੱਢਣਾ ਵਾ ਇੰਚ। ਇਹਨੂੰ ਆਪਾਂ ਉਣਨਾ ਨਹੀਂ ਆ। ਫਿਰ ਆਹ ਵਾਲਾ ਫੰਦਾ ਉਲਟਾ, ਧਾਗਾ ਪਿੱਛੇ ਕਰਕੇ ਇਹਦੇ ਦੋ ਵਾਲ ਉਤਾਰ ਕੇ, ਫਿਰ ਇੱਕ ਵਾਲ ਉੱਪਰਲਾ ਛੱਡ ਕੇ, ਨੀਚੇ ਵਾਲਾ ਛੱਡ ਕੇ, ਇਹਦੇ ਨੀਚੇ ਆਪਾਂ ਇੰਝ ਕਰਕੇ ਫੰਦਾ ਜਿਹੜਾ ਕੱਢ ਲਾਂਗੇ। ਪੂਰੀ ਸਿਲਾਈ ਆਪਾਂ ਜਿਹੜੀ ਇਸ ਤਰੀਕੇ ਬਣਾਵਾਂਗੇ। ਆਹ ਫੰਦਾ ਉਲਟਾ, ਸਿੱਧੇ ਫੰਦੇ ਦਾ ਆਪਾਂ ਵਾਲ ਉਤਾਰ ਕੇ ਇੱਕ ਵਾਲ ਛੱਡਿਆ, ਦੂਜਾ ਛੱਡਿਆ, ਇਹਦੇ ਨੀਚੇ ਆਪਾਂ ਇਸ ਤਰੀਕੇ ਕੱਢਾਂਗੇ। ਪੂਰੀ ਸਿਲਾਈ ਜਿਹੜੀ ਮੈਂ ਇੱਦਾਂ ਬਣਾਉਂਗੀ। ਇਹ ਫੰਦੇ ਨੂੰ ਆਪਾਂ ਉਣਨਾ ਨਹੀਂ, ਇਹਨੂੰ ਆਪਾਂ ਇੱਦਾਂ ਹੀ ਖਾਲੀ ਛੱਡਣਾ ਹੈ। ਇੱਕ ਵਾਲ ਛੱਡਿਆ, ਦੂਜਾ ਛੱਡਿਆ। ਇਹ ਬਹੁਤ ਹੀ ਸੌਖਾ ਡਿਜ਼ਾਈਨ ਆ। ਇਹ ਦੋ ਸਿਲਾਈਆਂ ਆਪਣੀਆਂ ਬਣ ਗਈਆਂ ਡਿਜ਼ਾਈਨ ਦੀਆਂ। ਹੁਣ ਆਪਾਂ ਆ ਗਏ ਤੀਸਰੀ ਸਿਲਾਈ 'ਤੇ। ਆ ਫੰਦਾ ਆਪਾਂ ਇੱਦਾਂ ਹੀ ਹੋਣਿਆ, ਜਿਹੜਾ ਉੱਧਰੋਂ ਉਲਟਾ ਫੰਦਾ ਸੀ, ਇਹਨੂੰ ਆਪਾਂ ਇੱਧਰੋਂ ਸਿੱਧਾ ਫੰਦਾ ਬਣਾਇਆ। ਹੁਣ ਆਹ ਵਾਲਾ ਫੰਦਾ ਸੀ ਜਿਹੜਾ ਆਪਣਾ ਡਿਜ਼ਾਈਨ ਵਾਲਾ, ਇਹਨੂੰ ਫਿਰ ਆਪਾਂ ਦੋ ਵਾਲ ਪਾਵਾਂਗੇ। ਇਹਨੂੰ ਆਪਾਂ ਉਲਟਾ ਸਿੱਧਾ ਹੋਣਾਂਗੇ, ਇਹਨੂੰ ਦੋ ਵਾਲ ਪਾਵਾਂਗੇ। ਪੂਰੀ ਸਿਲਾਈ ਜਿਹੜੀ ਆਪਾਂ ਇਸ ਤਰੀਕੇ ਰਿਪੀਟ ਕਰਾਂਗੇ। ਹੁਣ ਡਿਜ਼ਾਈਨ ਦੀ ਆਪਾਂ ਚੌਥੀ ਸਿਲਾਈ 'ਤੇ ਆ ਗਏ। ਆਹ ਫੰਦਾ ਉਲਟਾ, ਹੁਣ ਆ ਜਿਹਦਾ ਆਪਾਂ ਵਾਲ ਪਾਇਆ ਸੀ, ਇਹਦਾ ਵਾਲ ਖਾਲੀ ਉਤਾਰ ਲਿਆ। ਅੱਗੇ ਆਪਾਂ ਇੱਧਰਲੀ ਸਾਈਡ ਤੋਂ ਫੰਦੇ ਲਿਆ ਸੀ, ਹੁਣ ਆਪਾਂ ਇੱਧਰ ਆ ਵੇਖੋ ਆਹ ਧਾਗਾ ਇੱਕ ਦੋ, ਇਹਦੇ ਨੀਚਿਓਂ ਇਹਨੂੰ ਆਪਾਂ ਕੱਢਾਂਗੇ ਇੰਝ ਆ। ਇਹਦੇ ਨੀਚਿਓਂ ਸਿਲਾਈ ਪਾ ਕੇ ਇੰਝ ਆਪਾਂ ਫੰਦੇ ਨੂੰ ਬਾਹਰ ਨੂੰ ਕੱਢ ਲਾਂਗੇ। ਫਿਰ ਆ ਫੰਦਾ ਉਲਟਾ, ਇਹਦਾ ਵਾਲ ਉਤਾਰਿਆ,
एक दो दूजे थल्यों आप इस तरीके फंदे नूं ले लांगे। ये अपना बहुत ही प्यारा जिहड़ा डिजाइन है बन के तैयार हुंदा है। जो आप एक दो सिलाइया बना लें उदो अपने हाथ से जोड़ा डिजाइन है चढ़ जाता है। मैं दो चार सिलाइया तुम बना के दिखाई हाँ इन आप उल्टा वाली पाना वा आ सीधा बंदा। ये वास्ते थोड़े जे फंदे आप आम नॉर्मल कोटी जिमें तो जिन्ने जोड़ भी आपदे पाते जे उहदे नालो थोड़े जे दो चार जोड़ जिहड़े वध पाओ क्योंकि यह डिजाइन बहुत ज़्यादा खुलदा नहीं है। एक ये है कि थोड़ा जिहा डिजाइन जिहड़ा मोटिया सिलाइया ते बनाओ ज़्यादा बरीक होण ते ज़्यादा बरीक सिलाइया ते डिजाइन जिहड़ा उभर के वधिया नहीं बाहर नूं नहीं आउणा। मोटी उन्न लाओगे मोटिया सिलाइया लाओगे डिजाइन बहुत प्यारा बन के तैयार होगा। जे तुहाडा हाथ कस्या वा ए आप जो डबल वाल पाने ओदी बजाय तुसीं तीन वाल भी पा सकते हो। वेखो इस तरीके अपना ये डिजाइन जिहड़ा बन के तैयार हुंदा है। ये बड़ा सोहना इंज जिग जैग जिहा जिहड़ा बनदा जांदा वा। इदां इहनूं अगे अगे रिपीट करदे जाणा आपां ते एक शानदार स्कीवी का डिजाइन जिहड़ा तैयार करते रहना। इस तरह और नवे नवे डिजाइन सीखने वास्ते मेरे चैनल में सब्सक्राइब करो, लाइक करो, शेयर करो।